ਕਰਾਂਗੇ ਅਗਲੀ ਖਬਰ ਦਾ। ਮੌੜ ਮੰਡੀ ਮਾਈਨਿੰਗ ਮਾਮਲੇ ਵਿੱਚ ਹੁਣ ਵਿਧਾਇਕ ਸੁਖਵੀਰ ਸਿੰਘ ਨੇ ਚੁੱਪੀ ਤੋੜੀ ਹੈ। ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸਾਰੀ ਘਟਨਾ ਦੱਸੀ ਉਹਨਾਂ ਨੇ। ਉਹਨਾਂ ਕਿਹਾ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ, ਮਾਈਨਿੰਗ ਮਾਫੀਆ ਨੂੰ ਖਤਮ ਕਰਨ ਲਈ ਛਾਪਾ ਮਾਰਿਆ ਸੀ ਤੇ ਵਿਧਾਇਕ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਨੇ। ਕਿਸਾਨਾਂ ਨੂੰ ਵੀ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਮਾਇਸਰ ਖਾਨਾ ਦੇ ਵੱਲੋਂ ਵਿਧਾਇਕ ਸੁਖਵੀਰ ਸਿੰਘ ਦੇ ਵੱਲੋਂ ਚੁੱਪੀ ਤੋੜਦਿਆਂ ਹੋਇਆਂ ਬਕਾਇਦਾ ਸੋਸ਼ਲ ਮੀਡੀਆ ਉੱਤੇ ਆਪਣਾ ਮੈਸੇਜ ਸਾਂਝਾ ਕੀਤਾ ਗਿਆ ਤੇ ਕਿਹਾ ਗਿਆ ਕਿ ਮੇਰੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ, ਬਕਾਇਦਾ ਇਲੀਗਲ ਮਾਈਨਿੰਗ ਨੂੰ, ਨਜਾਇਜ਼ ਮਾਈਨਿੰਗ ਨੂੰ ਰੋਕਣਾ ਹੀ ਮੇਰਾ ਮਕਸਦ ਸੀ ਤੇ ਮੈਂ ਇਹੀ ਕੰਮ ਕੀਤਾ। ਉਹਨਾਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸਾਰੀ ਘਟਨਾ ਦੱਸੀ, ਕਿਹਾ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ, ਮਾਈਨਿੰਗ ਮਾਫੀਆ ਨੂੰ ਖਤਮ ਕਰਨ ਲਈ ਇਹ ਛਾਪੇਮਾਰੀ ਕੀਤੀ ਸੀ। ਮਾਈਨਿੰਗ ਹੋ ਰਹੀ ਸੀ ਕਿ ਕਾਫੀ ਗੱਲਾਂ ਆ ਰਹੀਆਂ ਸੀ ਕਿ ਉੱਥੇ ਤਾਂ ਝਿਰੀ ਲੱਗੀ ਹੋਈ ਸੀਗੀ ਜੀ, ਕਿਸਾਨਾਂ ਨੂੰ ਵਾਹਨ ਪੱਧਰ ਕਰਨ ਤੋਂ, ਨੀਵਾਂ ਕਰਨ ਤੋਂ ਰੋਕਿਆ ਜਾ ਰਿਹਾ। ਇਹ ਇਹੋ ਜਿਹਾ ਕੁਝ ਨਹੀਂ, ਹਲਕੇ ਦੇ ਵਿੱਚ ਦੇਖ ਲਓ ਬਹੁਤ ਥਾਵਾਂ 'ਤੇ ਜਿਹੜੇ ਕਿਸਾਨ ਲੱਗੇ ਹੋਏ ਨੇ ਆਪਦੀਆਂ ਜਿਹੜੀਆਂ ਜ਼ਮੀਨਾਂ ਨੂੰ ਪੱਧਰ ਕਰਨ ਲਈ, ਥੋੜ੍ਹੀ ਘਾਣੀ ਜਿਹੜੀ ਉੱਚੀ ਜ਼ਮੀਨ ਆ ਉਹਨੂੰ ਸੈੱਟ ਕਰਨ ਲਈ ਲੱਗੇ ਹੋਏ ਨੇ। ਇਹ 'ਚ ਕੋਈ ਦੋ ਰਾਇ ਹੈ ਨਹੀਂ ਜੋ ਕੱਲ੍ਹ ਚੱਲ ਰਿਹਾ ਹੈਗਾ ਤਾਂ। ਪਰ ਜਿਹੜਾ ਇੱਥੇ ਅਸੀਂ ਪਹੁੰਚੇ ਹਾਂ, ਇਹ ਬਿਲਕੁਲ ਹੀ ਅਨਲੀਗਲ ਸੀ ਕਿ ਧਰਤੀ ਦੇ ਵਿੱਚ 3 ਫੁੱਟ ਤੋਂ ਡੂੰਘਾ ਜਾ ਕੇ 25-30 ਫੁੱਟ ਤੱਕ ਦਾ ਖੱਡਾ ਇਹ ਮਾਰ ਕੇ ਉੱਥੋਂ ਬਰੇਤੀ ਕੱਢੀ ਜਾ ਰਹੀ ਸੀ। ਜਦੋਂ ਮੌਕੇ 'ਤੇ ਜਾ ਕੇ ਉਹ ਖੱਡਾ ਦੇਖਿਆ ਤਾਂ ਉਹਨਾਂ ਨੇ ਉਹ ਦੇਖਿਆ ਕਿ ਉਹ ਬਾਕੀ 25-30 ਫੁੱਟ ਡੂੰਘਾ ਖੱਡਾ ਅਤੇ ਬਣਦੀ ਕਾਰਵਾਈ ਲਈ ਜਿਹੜਾ ਅਗਲੀ ਜਿਹੜੀ ਉਹ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਨਿੱਜੀ ਕਿਸੇ ਦੇ ਨਾਲ ਮੈਨੂੰ ਕੋਈ ਇਹ ਨਹੀਂ ਹੈ ਕਿ ਮੇਰੀ ਉਹਦੇ ਨਾਲ ਕਿਸੇ ਨਾਲ ਕੋਈ ਦੁਸ਼ਮਣੀ ਹੋਊਗੀ, ਪਰ ਉੱਥੇ ਜਿਹੜਾ ਇਹ ਮਾਫੀਆ ਫੈਲਿਆ ਹੋਇਆ, ਨੈਕਸਸ ਫੈਲਿਆ ਹੋਇਆ, ਇਹਨੂੰ ਤੋੜਨ ਦਾ ਕੰਮ ਸਾਡੀ ਸਰਕਾਰ ਦਾ ਹੈ ਅਤੇ ਜਿਹਦੇ ਵਿੱਚ ਮੈਂ ਆਪਦਾ ਫਰਜ਼ ਨਿਭਾਏਗਾ।